ਸਰਪੰਚ ਸਾਹਿਬ ਹਾਂ ਕਿਵੇਂ ਆ ਵੀਰੇ? ਠੀਕ ਹੈ ਜੀ। ਜਿੰਦਰ ਨਾ ਪੈਰ ਪਿੱਛੇ ਖੇਡਦਾ ਸੀ। ਅੱਛਾ, ਕਰਿਆ ਪੱਕਾ ਮੈਂ? ਚੱਲ ਵਧੀਆ, ਖਿੱਚ ਕੇ ਰੱਖ ਯਾਰ ਕੰਮ ਨੂੰ, ਬੇਫਿਕਰ ਹੋ ਜਾ। ਹੋਰ ਕੋਈ ਸੇਵਾ ਦੱਸ। ਸੇਵਾ ਦਾ ਸਰਪੰਚ ਇਹੀ ਹੈ ਕਿ ਮੈਂ ਨਾ ਪੱਠਿਆਂ ਨੂੰ ਪਾਣੀ ਜਾ ਲਾ ਬੈਠਾ, ਪੰਡ ਪੱਠਿਆਂ ਦੀ ਦੇ ਯਾਰ। ਵੱਢ ਲਾ ਫਿਰ। ਉਹ ਯਾਰ ਮੈਂ ਕਿੱਧਰ ਵੱਢੂਗਾ, ਤੂੰ ਵੱਢੀ ਦਾ ਬੈਠਾ, ਇੱਥੋਂ ਹੀ ਲੈ ਜਾਣਾ, ਤੂੰ ਵੱਢ ਲਾ ਹੋਰ 10 ਮਿੰਟ। ਚੱਲ ਪਾਲਾ ਭਾਈ, ਥੋੜੇ ਪਾ ਲੈਂਦਾ, ਥੋੜੇ ਜਿਹਾ ਵਧੀ ਕਰਕੇ ਹੀ ਆ। ਸਰਪੰਚ ਸਾਹਿਬ ਕਿਵੇਂ ਆ? ਠੀਕ ਹੈ ਜੀ। ਹੈ ਬਈ ਸੁੱਖੀ ਵੀ ਹਿਲਦਾ ਜਿਹਾ ਸੀਗਾ। ਅੱਛਾ, ਉਹਨਾਂ ਦੀਆਂ 6 ਵੋਟਾਂ ਐ ਜਮਾਂ ਲੋਹੇ ਤੇ ਲਕੀਰ ਕਢਾ ਕੇ ਪੱਕੀਆਂ ਕਰਿਆ ਦੀਆਂ। ਨਹੀਂ, ਬੜਾ ਵਧੀਆ ਕੀਤਾ। ਹੋਰ ਦੱਸ ਕੋਈ ਸੇਵਾ? ਸੇਵਾ ਯਾਰ ਸਰਪੰਚਾ ਇਹ ਆ ਕਿ ਮੈਂ ਨਾ ਕਣਕ ਵਾਲੇ ਢੋਲ ਚ ਦਵਾਈ ਪਾ ਬੈਠਾ ਸੁਸਰੀ ਵਾਲੀ, ਸਾਡੇ ਮੁੱਕ ਗਿਆ ਆਟਾ, 25-30 ਕਿਲੋ ਕਣਕ ਦੇ ਆ ਯਾਰ, ਮੈਂ ਕੱਢੀ ਸੀ ਕਿਸੇ ਵਾਸਤੇ। ਚੱਲ ਲੈ ਜਾ ਫਿਰ ਤੂੰ। ਪੱਤਰ ਨਹੀਂ ਕਰ। ਚੰਗਾ, ਠੀਕ ਆ। ਸਰਪੰਚ ਸਾਹਿਬ ਯਾਰ ਹਵਾ ਤਾਂ ਨਾ ਆਪਣੇ ਵੱਲ ਹੀ ਆ, ਪਿੰਡ ਦੀ ਜਿੱਤ ਪੱਕੀ ਆ। ਉਹ ਯਾਰ ਸਰਪੰਚ ਹੱਥਾਂ ਦਾ ਟੈਵਾ ਲਿਆ, ਗਲ ਜਾ ਕੇ ਲਾ ਕਰਦੇ। ਲੈ ਜਾ, ਚੱਲੀ ਜਾਂਦੀ ਹੈ ਤਾਂ ਫੇਰ ਹੀ ਤੜਕੇ ਤੁਰਿਆ ਜਾਊ ਨਾਲ। ਉਹ ਜਿਹੜੇ ਹਿਸਾਬ ਨਾਲ ਤੂੰ ਘਰ ਲਟਾਈ ਆ ਨਾ, ਮੇਰੇ ਹਿਸਾਬ ਨਾਲ ਤੂੰ ਪੈਲੀ ਨੂੰ ਵਾਢਾ ਧਰੇਗਾ। ਕਿਹੜੀ ਸਰਪੰਚੀ ਲੈਣੀ ਆ ਤੂੰ? ਉਹ ਜੇ ਜਿੱਤ ਗਿਆ ਨਾ, ਪੈਲੀ ਰਹਿਣੀ ਫੇਰ ਵੀ ਨਹੀਂ।